ਪਹਿਰੇ ਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਦਰਸ਼ਕ ਵੀਰੋ, ਭੈਣੋ ਅਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਾਂ ਤੁਹਾਡੇ ਸਨਮੁੱਖ ਅੱਜ ਦਾ ਪ੍ਰੋਗਰਾਮ ਖਬਰ ਅਤੇ ਵਿਚਾਰ ਲੈ ਕੇ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੇਰੇ ਨਾਲ ਨੇ ਉੱਘੇ ਸਿੱਖ ਚਿੰਤਕ, ਇਤਿਹਾਸ ਦੇ ਉੱਘੇ ਜਾਣਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੜਿਆੜੀ। ਮੜਿਆੜੀ ਸਾਹਿਬ, ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਹੋ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੜਿਆੜੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਅੱਜ ਜਿਹੜਾ ਲੰਬੇ ਚਿਰ ਤੋਂ ਉਡੀਕਿਆ ਜਾ ਰਿਹਾ ਸੀ ਕਿ ਤਿੰਨ ਸੂਬਿਆਂ ਦੀਆਂ ਚੋਣਾਂ ਹੋਣੀਆਂ ਨੇ, ਵਿਧਾਨ ਸਭਾ ਦੀਆਂ, ਅਤੇ ਪੰਜਾਬ 'ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿੰਨੀ ਚੋਣਾਂ ਹੋਣੀਆਂ ਨੇ। ਸੋ ਉਹਨਾਂ ਲਈ ਜਿਹੜਾ ਐਲਾਨ ਆ ਉਹ ਚੋਣ ਕਮਿਸ਼ਨ ਨੇ ਕਰਤਾ ਕਿ 21 ਤਰੀਕ ਨੂੰ ਵੋਟਾਂ ਪੈਣੀਆਂ ਨੇ। ਸੋ ਆਪਾਂ ਜੇ ਮਤਲਬ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹੁਣ ਪਹਿਲਾ ਜਿਹੜਾ ਮੰਗਣਾ ਸ਼ੁਰੂ ਹੋ ਜਾਣਾ, ਅੱਜ ਦੀ ਤਰੀਕ 'ਚ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜੀਆਂ ਤਿੰਨ ਵਿਧਾਨ ਸਭਾ 'ਚ ਚੋਣਾਂ ਹੋਣੀਆਂ ਨੇ, ਜਿਹਦੇ ਵਿੱਚ ਹਰਿਆਣਾ ਵੀ ਆ, ਜਿਹਦੇ ਵਿੱਚ ਮਹਾਰਾਸ਼ਟਰ ਵੀ ਆ, ਜਿਹਦੇ ਵਿੱਚ ਝਾਰਖੰਡ ਵੀ ਆ, ਸੋ ਇਹ ਤਿੰਨ ਸੂਬਿਆਂ ਦੀ ਰਾਜ ਸਥਿਤੀ ਆ ਜਿਹੜੀ ਤੁਸੀਂ ਅੱਜ ਦੀ ਤਰੀਕ 'ਚ ਜਿਹੜਾ ਮਤਲਬ ਅੱਜ ਵੋਟਾਂ ਪੈਣ ਦਾ ਐਲਾਨ ਹੋਇਆ, ਉਸ ਸਮੇਂ ਤੁਸੀਂ ਕਿਵੇਂ ਦੇਖ ਰਹੇ? ਇਹ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਤਿੰਨ ਸੂਬਿਆਂ ਦੀਆਂ, ਅਤੇ ਇਹ ਤੋਂ ਪਹਿਲਾਂ ਮਈ ਦੇ ਵਿੱਚ ਹੋਈਆਂ ਨੇ ਲੋਕ ਸਭਾ ਦੀਆਂ, ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਸਿਆਸੀ ਹੈਗਾ ਸੀਨ ਮੁਲਕ ਦਾ, ਉਹਦੇ 'ਚ ਜਿਹੜੀ ਹਵਾ ਮੋਦੀ ਦੇ ਹੱਕ 'ਚ ਵਧੀ ਆ ਉਹ ਘਟੀ ਨਹੀਂ ਹੈ। ਕਿਉਂਕਿ ਜਿਹੜਾ ਦੇਸ਼ ਦੀ ਆਰਥਿਕਤਾ ਬਹੁਤ ਡਾਵਾਡੋਲ ਹੋਈ ਹੈ, ਅਤੇ ਇਹਦਾ ਜਿਹੜਾ ਰੁਪਈਆ ਉਹ ਬੜਾ ਗਿਰਿਆ, ਜਿਹੜੀ ਆਰਥਿਕ ਮਾਹਰ ਡੀ ਜੀ ਪੀ ਦੀ ਗੱਲ ਕਰਦੇ ਆ, ਗਰੋਥ ਰੇਟ ਦੀ ਗੱਲ ਕਰਦੇ ਆ, ਮੈਨੂੰ ਤਾਂ ਪਤਾ ਨਹੀਂ ਇਹਨਾਂ ਦਾ ਕੀ ਆ, ਪਰ ਉਹ ਵੀ ਕਹਿੰਦੇ ਆ ਵੀ ਇਹ ਬਹੁਤ ਘਟਿਆ। ਪਰ ਇਹ ਚੀਜ਼ ਮੋਦੀ ਕਿਆਂ ਨੂੰ ਪਤਾ ਵੀ ਜੇ ਅਸੀਂ ਇਸ ਮੁੱਦੇ ਨੂੰ ਓਵਰਲੈਪ ਨਾ ਕਰੀਏ, ਕੋਈ ਇਹ ਤਾਂ ਉੱਪਰਲਾ ਮੁੱਦਾ ਹੋਰ ਨਾ ਲਿਆਂਦਾ ਰਾਸ਼ਟਰਵਾਦ ਦਾ ਜਿਹੜਾ ਬੜਾ ਸਸਤਾ, ਤਾਂ ਇਹਦੇ 'ਤੇ ਸਾਨੂੰ ਮਾਰ ਪੈ ਜਾਣੀ। ਅਤੇ ਉਹ ਜਿਹੜਾ ਰਾਸ਼ਟਰਵਾਦ ਵਾਲਾ ਮੁੱਦਾ ਆ, ਕਸ਼ਮੀਰ ਦੇ ਵਿੱਚ ਜੋ ਕੁਛ ਕਰਿਆ ਇਹਨਾਂ ਨੇ, ਅਤੇ ਉਹਦੇ ਨਾਲ ਉਹ ਹੋਰ ਪੱਕੇ ਪੈ ਰਹੇ ਹੋਏ ਨੇ, ਅਤੇ ਉਹ ਜਿਹੜਾ ਉੱਥੋਂ ਜਿਹੜਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦੇ 'ਚ ਤਿੰਨਾਂ ਸੂਬਿਆਂ 'ਚ ਭਾਜਪਾ ਦਾ ਜਿਹੜਾ ਮੁਕੰਮਲ ਬਹੁਮਤ ਹੋਣ ਦੇ ਆਸਾਰ ਨੇ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਰਥਿਕ ਤੌਰ 'ਤੇ ਦੇਸ਼ ਆ ਜਿਹੜਾ ਉਹ ਬਹੁਤ ਮਾੜੇ ਹਾਲਾਤਾਂ 'ਚੋਂ ਲੰਘ ਰਿਹਾ, ਮਹਿੰਗਾਈ ਵੱਧ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਕੰਮ ਕਾਰ ਨੇ ਜਿਹੜੇ ਉਹ ਖਤਮ ਹੋ ਰਹੇ, ਘੱਟ ਨਹੀਂ ਰਹੇ, ਖਤਮ ਹੋ ਰਹੇ ਆ, ਮੈਂ ਜਿਹੜਾ ਦਰਮਿਆਨਾ ਮਤਲਬ ਚਾਹੇ ਉਹ ਦੁਕਾਨਦਾਰ ਆ, ਚਾਹੇ ਉਹ ਕਾਰਖਾਨੇਦਾਰ ਆ, ਚਾਹੇ ਕੋਈ ਵੀ ਆ, ਉਹ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ, ਉਹ ਵਿਚਾਰਾ ਰੋਂਦਾ ਵਾ, ਪਿੱਟਦਾ ਵਾ, ਤਬਾਹ ਹੋ ਗਿਆ, ਦੁਹਾਈ ਦਿੰਦਾ, ਮਤਲਬ ਆਰਥਿਕ ਹਾਲਤ ਦੇਸ਼ ਦੀ ਦਿਨੋ ਦਿਨ ਨਿਗਾੜ ਵੱਲ ਜਾ ਰਹੀ ਹੈ, ਪਰੰਤੂ ਉਹਦੇ ਬਾਵਜੂਦ ਜਿਹੜੇ ਦੇਸ਼ ਦੇ ਹਾਕਮ ਨੇ ਮੋਦੀ ਕੇ ਨੇ, ਉਹਨਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਹੱਕ 'ਚ ਇੱਕ ਅਵਾਰ ਹੈ ਜਿਹੜਾ ਚੱਲ ਰਿਹਾ, ਉਹ ਅਵਾਰ ਹੈ ਜਿਹੜਾ ਉਹ ਦੇਸ਼ ਭਗਤੀ ਨੂੰ ਲੈ ਕੇ, ਪਾਕਿਸਤਾਨ ਦੇ ਨਾਲ ਜਿਹੜੀ ਆ ਦੁਸ਼ਮਣੀ ਆ ਉਹਨੂੰ ਲੈ ਕੇ। ਤੁਹਾਨੂੰ ਲੱਗਦਾ ਕਿ ਆਹ ਪੰਜ ਸੱਤ ਦਿਨਾਂ 'ਚ ਮੋਦੀ ਕੇ ਦੁਆਰਾ ਕੋਈ ਮਾੜਾ ਮੋਟਾ ਠਾਹ ਠੀਕ ਆ ਜਿਹੜਾ ਪਾਕਿਸਤਾਨ ਨਾਲ ਕਰਨ ਦੀ ਕੋਸ਼ਿਸ਼ ਕਰਨਗੇ? ਕਰਨ ਦੀ ਲੋੜ ਨਹੀਂ ਹੈ, ਠਾਹ ਠੀਕ ਆ, ਕਰਦੇ ਨੇ, ਉਹਨਾਂ ਦੀ ਮਰਜ਼ੀ ਆ, ਕੋਈ ਉਹਨਾਂ ਨੂੰ ਰੋਕਣ ਵਾਲਾ ਵੀ ਨਹੀਂ ਹੈ, ਪਰ ਸਿਆਸੀ ਤੌਰ 'ਤੇ ਮੈਨੂੰ ਨਹੀਂ ਲੱਗਦਾ ਕੋਈ ਲੋੜ ਹੈ, ਜੋ ਕੁਛ ਹੋ ਜਿੰਨਾ ਕੁ ਠਾਹ ਠੂਹ ਹੈ ਇੰਨੇ ਨੇ ਉਹਨਾਂ ਦਾ ਬਥੇਰਾ ਸਰਦਾ। ਠੀਕ ਹੈ, ਮਤਲਬ ਜਿਹੜੀ ਇਹਨਾਂ ਦੀ ਮੋਦੀ ਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦੀ ਯੂ ਐਨ ਓ 'ਚ ਆਹਮੋ ਸਾਹਮਣੇ ਇਹਨਾਂ ਨੇ ਹੋਣਾ, ਉੱਥੇ ਤਾਂ ਲੱਗਦਾ ਨਾ ਵੀ ਠਾਹ ਠੀਕ ਜ਼ਰੂਰ ਹੋਊਗਾ।
ਨਹੀਂ ਉੱਥੇ ਤਾਂ ਹੁਣ ਜਿਹੜਾ ਉਹਦਾ ਜਵਾਨੀ ਹੈ ਨਾ ਵੀਰ, ਉਹ ਆਪਦਾ ਕੁਛ ਬੋਲੂਗਾ, ਮੋਦੀ ਕੁਛ ਬੋਲੂਗਾ, ਪਰ ਜੋ ਕੁਛ ਆ ਤਿੰਨ ਵਿਧਾਨ ਸਭਾ ਦਾ ਜਾਂ ਦੇਸ਼ ਦੀ ਸਿਆਸੀ ਹਾਲਤ ਦਾ ਵੋਟਾਂ ਵਾਲੇ ਲੈਣ ਵਾਲੇ ਨਜ਼ਰੀਏ ਤੋਂ, ਉੱਥੇ ਮੋਦੀ ਅੱਜ ਦੀ ਤਰੀਕ 'ਚ ਪੂਰਾ ਪੱਕੇ ਪੈ ਰਹੀ ਆ। ਦੂਜੇ ਪਾਸੇ ਜਿਹੜੀ ਆਪਾਂ ਗੱਲ ਕਰੀਏ ਕਿ ਦੂਜੀ ਜਿਹੜੀ ਧਿਰ ਹੈ ਉਹ ਹੈਗੀ ਆ ਕਾਂਗਰਸ। ਹਾਂਜੀ, ਸੋ ਜਿਹੜੀ ਕਾਂਗਰਸ ਦੀ ਹਾਲਾਤ ਨੇ ਅੱਜ ਦੇ, ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਤੁਸੀਂ ਕਾਂਗਰਸ ਨੂੰ ਕਿੱਥੇ ਦੇਖਦੇ? ਉਹ ਕਾਂਗਰਸ ਦਾ ਤਾਂ ਮਤਲਬ ਦੇਖੋ, ਉਹਦੇ 'ਚ ਕਾਂਗਰਸ ਹੋਵੇ ਕੋਈ ਹੋਵੇ ਜੀ, ਜਿਹੜੀ ਵੀ ਧਿਰ ਜੀ ਮੋਦੀ ਕਹਿੰਦੇ ਖਿਲਾਫ਼ ਬੋਲੂਗੀ ਜੀ, ਉਹਦਾ ਇਹ ਬਣ ਚੁੱਕਿਆ ਵੀ ਇਹ ਦੇਸ਼ ਦੇ ਖਿਲਾਫ਼ ਆ, ਕਿਉਂਕਿ ਮੋਦੀ ਦੇਸ਼ ਆ, ਇਸ ਲਈ ਜਿਹੜਾ ਮੋਦੀ ਦੇ ਖਿਲਾਫ਼ ਬੋਲਦਾ ਦੇਸ਼ ਦੇ ਖਿਲਾਫ਼। ਆਹ ਜਿੰਨੀ ਆਰਥਿਕ ਮੰਦੀ ਆਈ ਆ ਇਹਦੇ ਨਾਲ, ਭਾਵੇਂ ਦੁਕਾਨਦਾਰ ਆ, ਵਪਾਰੀ ਵਰਗ ਆ, ਜਿਹੜਾ ਹੋਰ ਕਾਰੋਬਾਰੀ ਆ, ਉਹ ਮਹਿਸੂਸ ਕਰਦਾ ਵੀ ਜਿਹੜੀ ਮੇਰੀ ਹੈਗਾ ਵਪਾਰ ਉਹ ਖੜ ਗਿਆ। ਪਰ ਮੋਦੀ ਕਹਿੰਦੀ ਜਿਹੜੀ ਰਾਸ਼ਟਰਵਾਦ ਦੀ ਇੰਨੀ ਦਹਿਸ਼ਤ ਆ ਵੀ ਜੇ ਉਹ ਇੰਨਾ ਤਾਂ ਕਹਿ ਲਓ ਵੀ ਬੰਦਾ ਆ ਗਿਆ, ਪਰ ਜੇ ਉਹ ਕਹੋ ਮੈਂ ਮੋਦੀ ਦੇ ਖਿਲਾਫ਼ ਵੋਟ ਪਾਉਣੀ ਆ, 10 ਬੰਦੇ ਉਹਦੇ ਗੱਲ ਨੂੰ ਪੈ ਜਾਣਗੇ ਵੀ ਤੂੰ ਰਾਸ਼ਟਰ ਵਿਰੋਧੀ ਆ, ਮੋਦੀ ਜੀ ਨੇ ਤਾਂ ਇੰਨੇ ਕੰਮ ਕੀਤੇ ਆ ਕਸ਼ਮੀਰ 'ਚ, ਅੱਜ ਤਾਈਂ ਕੋਈ ਨਹੀਂ ਸੀ ਕਰ ਸਕਿਆ, ਮੋਦੀ ਜੀ ਨੇ ਕਰਕੇ ਦਿਖਾਤਾ, ਅੱਜ ਤਾਈਂ ਕੋਈ ਸਰਜੀਕਲ ਸਟ੍ਰਾਈਕ ਨਹੀਂ ਸੀ ਕਰ ਸਕਿਆ, ਮੋਦੀ ਜੀ ਨੇ ਕਰਕੇ ਦਿਖਾਤਾ, ਉਹਦੇ 'ਚ ਉਹ ਜਿਹੜੀ ਆ ਉਹਦੀ ਗੱਲ ਆ ਉਹ ਦੱਬ ਜਾਂਦੀ ਹੈ। ਠੀਕ ਹੈ, ਇਸ ਕਰਕੇ ਜਦੋਂ ਕੋਈ ਪ੍ਰਚਾਰ ਹੀ ਨਹੀਂ ਹੋਣਾ ਮੋਦੀ ਦੇ ਖਿਲਾਫ਼, ਕਾਂਗਰਸ ਵੀ ਨਹੀਂ ਕਰ ਸਕਦੀ, ਈਵਨ ਕਿ ਜਿਹੜੀ ਪਾਰਲੀਮੈਂਟ 'ਚ ਵੀ ਕਾਂਗਰਸ ਖੁੱਲ੍ਹ ਕੇ ਇਹਦਾ 370 ਦਾ ਵਿਰੋਧ ਨਹੀਂ ਕਰ ਸਕਦੀ, ਐਂ ਕਹਿ ਕਰ ਵੀ ਟੈਕਨੀਕਲ ਤੌਰ 'ਤੇ ਤੁਹਾਨੂੰ ਆਏ ਨਹੀਂ ਸੀ, ਐਂ ਚਾਹੀਦਾ ਸੀ, ਆਹ ਨਹੀਂ ਵਿਧਾਨ ਸਭਾ ਦੀਆਂ ਵੋਟਾਂ ਕਰਾਉਣੀਆਂ ਚਾਹੀਦੀਆਂ, ਇਹ ਤਾਂ ਪੁੱਛਣਾ ਚਾਹੀਦਾ ਸੀ। ਮਤਲਬ ਕਿੰਨੀ ਉਹ ਪ੍ਰੈਸ਼ਰ ਹੇਠ ਆ ਜਿਹੜਾ ਮੋਦੀ ਦਾ ਵਿਰੋਧ ਕਰਨ ਲਈ, ਜਿਹੜੀ ਸਭ ਤੋਂ ਵੱਡੀ ਵਿਰੋਧੀ ਧਿਰ ਆ ਉਹ ਵੀ ਪ੍ਰੈਸ਼ਰ ਹੇਠ ਆ, ਉਹ ਵੀ ਖੁੱਲ੍ਹ ਕੇ ਮੋਦੀ ਦਾ ਵਿਰੋਧ ਨਹੀਂ ਕਰ ਸਕੀ, ਅਤੇ ਹੋਰ ਆਮ ਵਪਾਰੀ ਹੈ ਜਾਂ ਕੋਲ ਉਹਦੇ ਤਾਂ ਮਜ਼ਾਲ ਕੀ ਹੈ। ਸੋ ਇਹ ਤਾਂ ਹੋ ਗਈ ਸਾਡੀਆਂ ਜਿਹੜੀਆਂ ਤਿੰਨ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਸੂਬਿਆਂ ਦੇ ਵਿੱਚ, ਚਾਹੇ ਹਰਿਆਣੇ 'ਚ, ਚਾਹੇ ਮਹਾਰਾਸ਼ਟਰ 'ਚ, ਝਾਰਖੰਡ ਆ। ਹੁਣ ਅਸੀਂ ਗੱਲ ਆਪਾਂ ਕਰੀਏ ਵੀ ਪੰਜਾਬ 'ਚ ਵੀ ਚਾਰ ਜਿਹੜੀਆਂ ਜ਼ਮੀਨੀ ਚੋਣਾਂ ਹੋਣ ਜਾ ਰਹੀਆਂ ਨੇ, ਉਹਦੇ 'ਚ ਦਾਖਾ ਵੀ ਆ, ਉਹਦੇ 'ਚ ਜਲਾਲਾਬਾਦ ਵੀ ਆ, ਉਹਦੇ 'ਚ ਆਪਣਾ ਬੁਕੇਰੀਆ ਵੀ ਆ, ਉਹਦੇ 'ਚ ਫਗਵਾੜਾ ਵੀ ਆ। ਸੋ ਇਹ ਚਾਰ ਹਲਕੇ ਨੇ ਪੰਜਾਬ ਵਿਧਾਨ ਸਭਾ ਦੇ, ਇੱਥੇ ਜ਼ਮੀਨੀ ਚੋਣ ਹੋਣੀ ਆ। ਸੋ ਅੱਜ ਦੀ ਸਥਿਤੀ ਦੀ ਜਿਹੜੀ ਤਰੀਕ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਇੱਕ ਪਾਸੇ ਕਾਂਗਰਸ ਆ ਉਹਦੀ ਹਾਲਤ ਮਾੜੀ ਆ, ਦੂਜੇ ਪਾਸੇ ਭਾਜਪਾ ਦਾ ਆ ਉਹਨੂੰ ਮਤਲਬ ਜਿਹੜਾ ਉਹ ਸਿੱਖਾਂ ਨੇ ਅਜੇ ਤੱਕ ਕਿਸੇ ਵੀ ਢੰਗ ਤਰੀਕੇ ਨਾਲ ਲੱਗਦਾ ਮੁਆਫ਼ ਨਹੀਂ ਕੀਤਾ, ਅਤੇ ਤੀਜੀ ਧਿਰ ਵੀ ਆ ਜਿਹੜੀ ਉਹ ਕੋਈ ਮੈਦਾਨ 'ਚ ਦਿਖਾਈ ਨਹੀਂ ਦੇ ਰਹੀ, ਫਿਰ ਤੁਸੀਂ ਕੀ ਅੰਦਾਜ਼ਾ ਲਾਉਂਦੇ ਹੋ ਵੀ ਇਹ ਜਿਹੜੀ ਲੜਾਈ ਆ ਉਹ ਕਿਹੋ ਜਿਹੀ ਹੋਊਗੀ ਜਿਹੜੀ ਚਾਰ ਵਿਧਾਨ ਸਭਾ 'ਚ ਹੋਣੀ ਆ? ਜਿਹੜੀ ਪੰਜਾਬ ਦੇ ਵਿੱਚ ਲੜਾਈ ਆ ਜੀ, ਉਹ ਕੋਈ ਅਕਾਲੀ ਦਲ ਵਰਸਸ ਬੀ ਜੇ ਪੀ ਨਹੀਂ ਹੈ, ਉਹ ਲੜਾਈ ਆ ਅਮਰਿੰਦਰ ਸਿੰਘ ਵਰਸਸ ਬਾਦਲ ਕੇ ਜੀ। ਵਰਸਸ ਦਾ ਮਤਲਬ ਹੁੰਦਾ ਬਨਾਮ ਇੱਕ ਦੂਜੇ ਨਾਲ ਜੀ, ਇਹ ਜੇ ਆਪਾਂ ਲਿਖ ਲਈਏ ਤਾਂ ਇੱਕ ਦੂਜੇ ਨਾਲ, ਪਰ ਪ੍ਰੈਕਟੀਕਲੀ ਦੇਖੀਏ ਵੀ ਇਹਨਾਂ ਦੀ ਸਾਂਝਾ ਮੈਚ ਹੈ, ਇਹਨੂੰ ਫਰੈਂਡਲੀ ਮੈਚ ਕਹਿੰਦੇ ਆ, ਕਿਉਂਕਿ ਇੱਕ ਦੂਜੇ ਦੀ ਸਿਆਸੀ ਹੋਂਦ ਬਚਾ ਕੇ ਰੱਖਣੀ ਇਹਨਾਂ ਦੀ ਮਜਬੂਰੀ ਆ ਜੀ। ਰਾਜਾ ਬਚਦਾ ਤਾਂ ਬਾਦਲ ਕੇ ਬਚਦੇ ਆ ਜੀ, ਜੇ ਬਾਦਲਕਿਆਂ ਨੂੰ ਬਚਾ ਕੇ ਰੱਖਣਾ ਉਹਦੇ 'ਚ ਰਾਜੇ ਦਾ ਬਚਾ ਜੀ। ਅਤੇ ਹੁਣ ਜਿਹੜੀਆਂ ਚਾਰ ਸੀਟਾਂ ਨੇ ਜੀ, ਜਿੱਥੋਂ ਤੱਕ ਮੈਨੂੰ ਮਤਲਬ ਅੰਦਾਜ਼ਾ ਵੀ ਇਹ ਦੋ ਦੌਰ 'ਤੇ ਜਿਹੜਾ ਮੈਚ ਆ ਇਹ ਫਿਕਸ ਹੋ ਜੂਗਾ, ਜਲਾਲਾਬਾਦ ਸੁਖਬੀਰ ਨੂੰ, ਜਿਹੜੀ ਮੁਕੇਰੀਆਂ ਵਾਲੀ ਆ ਬੀਜੇਪੀ ਨੂੰ ਜੀ, ਦਾਖਾ ਅਤੇ ਜਿਹੜਾ ਫਗਵਾੜਾ ਉਹ ਕਾਂਗਰਸ ਜੀ। ਇਹ ਮੈਂ ਇਹ ਨਤੀਜੇ ਕੱਢ ਕੇ ਤੁਰਦਾ। ਠੀਕ ਹੈ।
ਮਤਲਬ ਜਿਹੜੀ ਫਗਵਾੜਾ ਵਾ ਉਹ ਤਾਂ ਬੀਜੇਪੀ ਦੀ ਮਤਲਬ ਉੱਥੇ ਬੀਜੇਪੀ ਦਾ ਐਮ ਐਲ ਏ ਬਣਿਆ ਹੋਇਆ ਸੀ ਉਹ ਐਮ ਪੀ ਬਣ ਗਿਆ ਸੋ ਫਗਵਾੜਾ ਸੀਟ ਆ ਜਿਹੜੀ ਉੱਥੋਂ ਭਾਜਪਾ ਜਿਹੜੀ ਉਹਦੀ ਬਜਾਏ ਕਿਉਂਕਿ ਚਲੋ ਬਕੇਰੀਆਂ ਜਿਹੜੀ ਉਹ ਵੀ ਹਿੰਦੂ ਬਹੁਤ ਸੀਟ ਆ ਫਗਵਾੜਾ ਵਾ ਜਿਹੜੀ ਉਹ ਵੀ ਹਿੰਦੂ ਬਹੁਤ ਸੀਟ ਆ ਸੋ ਇੱਥੇ ਫਗਵਾੜਾ ਦੇ ਤਾਂ ਜੇ ਤੀਜੀ ਧਿਰ ਆ ਜਿਹੜੀ ਉਹ ਕਿਤੇ ਨਾ ਕਿਤੇ ਲੱਗਦਾ ਕਿ ਬਸਪਾ ਦੇ ਰੂਪ ਚ ਕਿਉਂਕਿ ਦੁਆਬੇ ਚ ਬਸਪਾ ਦਾ ਬੜਾ ਮੋਟਾ ਦਬਾਅ ਹੈਗਾ ਪਿਛਲੀ ਵਾਰ ਵੀ ਜਿਹੜੀ ਜਲੰਧਰ ਤੋਂ ਆ ਜਿਹੜੀ ਚੰਗੀ ਟੱਕਰ ਆ ਜਿਹੜੀ ਉਹ ਬਸਪਾ ਉਮੀਦਵਾਰ ਨੇ ਦਿੱਤੀ ਸੀ ਸੋ ਬਸਪਾ ਵਾ ਜਿਹੜੀ ਉਹ ਤੀਜੀ ਧਿਰ ਵਜੋਂ ਫਗਵਾੜੇ ਚ ਖੜੀ ਹੋ ਸਕਦੀ ਆ ਮੈਨੂੰ ਲੱਗਦਾ ਬਕੇਰੀਆਂ ਚ ਕੋਈ ਤੀਜੀ ਧਿਰ ਵੀ ਖੜੀ ਨਹੀਂ ਤੀਜੀ ਧਿਰ ਵੀ ਖੜੀ ਹੋ ਸਕਦੀ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇਹ ਫਿਕਸ ਮੈਚ ਹੋਊਗਾ ਦੋ ਦੋ ਸੀਟਾਂ ਨੇ ਜਿਹੜੀਆਂ ਉਹ ਮਤਲਬ ਦੋਨਾਂ ਧਿਰਾਂ ਨੂੰ ਚੱਲਣਗੀਆਂ ਦੋ ਅਕਾਲੀ ਭਾਜਪਾ ਗਠਜੋੜ ਨੂੰ ਤੇ ਦੋ ਕਾਂਗਰਸ ਨੂੰ ਨਾ ਉਹਦੇ ਚ ਕਹੇ ਕੋਈ ਮੈਂ ਜਿੱਤਿਆ ਵਾ ਤੇ ਨਾ ਕੋਈ ਕਹੇ ਮੈਂ ਹਾਰਿਆ ਵਾ ਮਤਲਬ ਉਹ ਗੱਲ ਆ ਜਿਹੜੀ ਉਹ ਪੂਰੀ ਤਰ੍ਹਾਂ ਦੋਨਾਂ ਦੀ ਸੁਰੱਖਿਆ ਚ ਹੋਵੇ ਜਿਵੇਂ ਤੁਸੀਂ ਕਿਹਾ ਵਾ ਕਿ ਅਮਰਿੰਦਰ ਨੇ ਬਾਦਲ ਕਿਆਂ ਨੂੰ ਬਚਾਉਣਾ ਬਾਦਲ ਕਿਆਂ ਨੇ ਅਮਰਿੰਦਰ ਨੂੰ ਬਚਾਉਣਾ ਇਹ ਸਮਝੌਤਾ ਹੋ ਚੁੱਕਾ ਵਿਚਕਾਰ ਆ ਜਿਹੜਾ ਉਹ ਮੋਦੀ ਦਾ ਆਸ਼ੀਰਵਾਦ ਆ ਸੋ ਇਹ ਸਾਰਾ ਕੁਛ ਆ ਜਿਹੜਾ ਉਹ ਭਾਵੇਂ ਕਿ ਚਲੋ ਆਪਾਂ ਅੱਜ ਦੀ ਤਰੀਕ ਚ ਅੱਜ ਦੀ ਚੋਣਾਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਹੋਇਆ ਆਪਾਂ ਅੱਜ ਦੀ ਤਰੀਕ ਚ ਗੱਲ ਕਰ ਰਹੇ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਮਾਮਲਾ ਜਿਹੜਾ ਭੁੱਖੂਗਾ ਲੋਕਾਂ ਚ ਜਿਹੜੀ ਚਰਚਾ ਉਹ ਛਿੜੂਗੀ ਉਹਦੇ ਨਾਲ ਜਿਹੜੇ ਅਸੀਂ ਰੋਜ਼ਾਨਾ ਦਰਸ਼ਕਾਂ ਨੂੰ ਜਾਣੂ ਕਰਾਉਂਦੇ ਰਵਾਂਗੇ ਕਿ ਆਹ ਸਥਿਤੀ ਹੈ ਜਿਹੜੀ ਉਹ ਲੱਗਦੀ ਆ ਪਰੰਤੂ ਅੱਜ ਦੀ ਤਰੀਕ ਚ ਲੜਾਈ ਗਰਮ ਹੋਣ ਤੋਂ ਪਹਿਲਾਂ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਜੋ ਦੋਨਾਂ ਧਿਰਾਂ ਦੇ ਹਾਲਾਤ ਨੇ ਉਹਨਾਂ ਤੋਂ ਇਹ ਲੱਗਦਾ ਵੀ ਸਮਝੌਤੇ ਦੇ ਨਾਲ ਹੀ ਸੀਟਾਂ ਦੀ ਆ ਜਿਹੜੀ ਉਹ ਵੰਡ ਆ ਉਹ ਹੋਊਗੀ ਸੋ ਮੰਡਿਆਣੀ ਸਾਹਿਬ ਇੱਕ ਜਿਹੜੀ ਅੱਜ ਬੜੀ ਚਰਚਾ ਵਾ ਉਸ ਗੱਲ ਦੀ ਕਿ ਸਿਮਰਜੀਤ ਬੈਂਸ ਆ ਜਿਹੜਾ ਲੋਕ ਇਨਸਾਫ ਪਾਰਟੀ ਦਾ ਪ੍ਰਧਾਨ ਵੀ ਆ ਤੇ ਲੁਧਿਆਣਾ ਤੋਂ ਐਮ ਐਲ ਏ ਵੀ ਆ ਉਹਦੇ ਵਿਰੁੱਧ ਜਿਹੜਾ ਉਹਨੇ ਮਤਲਬ ਬਟਾਲੇ ਚ ਜਿਹੜਾ ਗੁਰਦਾਸਪੁਰ ਦਾ ਡੀ ਸੀ ਆ ਉਹਦੇ ਨਾਲ ਜਿਹੜੀ ਉਹਦੀ ਤਲਖ ਕਲਾਮੀ ਹੋਈ ਸੀ ਸੋ ਉਸ ਤਲਖ ਕਲਾਮੀ ਨੂੰ ਲੈ ਕੇ ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਸੀ ਕਿ ਮੇਰੇ ਕਹਿਣ ਤੇ ਪਰਚਾ ਦਰਜ ਹੋਇਆ ਬੈਂਸ ਦੇ ਵਿਰੁੱਧ ਸੋ ਕੈਪਟਨ ਅਮਰਿੰਦਰ ਵੱਲੋਂ ਦਾਅਵਾ ਕੀਤਾ ਗਿਆ ਮੇਰੇ ਕਹਿਣ ਤੇ ਪਰਚਾ ਹੋਇਆ ਸਿਮਰਜੀਤ ਬੈਂਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਆ ਜਿਹੜੀ ਉਹ ਕੋਰਟ ਰੱਦ ਕਰ ਦਿੱਤੀ ਆ ਮਤਲਬ ਗ੍ਰਿਫਤਾਰੀ ਆ ਜਿਹੜੀ ਉਹਦਾ ਰਾਹ ਪੂਰੀ ਤਰ੍ਹਾਂ ਖੁੱਲ੍ਹਾ ਸਿਮਰਜੀਤ ਬੈਂਸ ਆ ਜਿਹੜਾ ਉਹ ਬਟਾਲੇ ਜਾ ਕੇ ਧਰਨਾ ਦਿੰਦਾ ਪਰੰਤੂ ਉੱਥੇ ਧਰਨਾ ਦੇਣ ਦੇ ਬਾਵਜੂਦ ਸਰਕਾਰ ਨੂੰ ਤੇ ਪੁਲਿਸ ਨੂੰ ਲਲਕਾਰਨ ਦੇ ਬਾਵਜੂਦ ਉਹਦੀ ਗ੍ਰਿਫਤਾਰੀ ਆ ਜਿਹੜੀ ਉਹ ਨਹੀਂ ਹੋਈ ਇਹਨੂੰ ਤੁਸੀਂ ਕਿਵੇਂ ਦੇਖਦੇ ਕੋਈ ਹੁਣ ਆਪਾਂ ਤਾਂ ਆਪਣੇ ਕੋਲੋਂ ਕੋਈ ਇਨਫੋਰਮੇਸ਼ਨ ਹੁੰਦੀ ਆ ਵੱਖਰੀ ਗੱਲ ਆ ਪਰ ਜਦੋਂ ਅੰਦਾਜ਼ਾ ਲਾਉਣਾ ਹੋਵੇ ਉਦੋਂ ਜੋ ਬਾਹਰੀ ਤੌਰ 'ਤੇ ਦਿਸਦਾ ਉਹਨੂੰ ਆਪਾਂ ਲਾ ਸਕਦੇ ਹਾਂ ਕਿਉਂਕਿ ਜਿਹੜੀ ਦਾਖਾ ਸੀਟ ਆ ਉਹਦੇ 'ਤੇ ਜਿਹੜੀ ਬੈਂਸ ਪਾਰਟੀ ਆ ਹਾਂ ਉੱਥੇ ਉਹਦਾ ਪਿਛਲਾ ਜੋ ਰਿਕਾਰਡ ਆ ਲੋਕ ਸਭਾ ਦੇ ਵਿੱਚ ਉੱਥੋਂ ਉਹਨਾਂ ਨੂੰ ਬਹੁਤ ਮਤ ਆ ਐਤਕੀ ਵੀ ਅੰਦਾਜ਼ਾ ਵੀ ਉਹ ਪੂਰੀ ਟੱਕਰ ਦੇ ਸਕਦੇ ਨੇ ਅਤੇ ਜੇ ਤਾਂ ਉਹਨੂੰ ਅੱਜ ਗ੍ਰਿਫਤਾਰ ਕਰ ਲੈਂਦੇ ਆ ਤਾਂ ਜਿਹੜਾ ਚੋਣ ਮੈਦਾਨ ਭਖਣ ਤੋਂ ਪਹਿਲਾਂ ਯਾਨੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ 5-7 ਦਿਨ 'ਚ ਉਹ ਆਪਦੇ ਰੈਗੂਲਰ ਬੇਲ ਵੀ ਕਰਾ ਸਕਦਾ ਪਰ ਜੇ ਚੋਣ ਮੈਦਾਨ ਜਿਹੜਾ ਆਪਣੇ ਪ੍ਰਚਾਰ ਸ਼ੁਰੂ ਹੋਣ ਵੇਲੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ 5-7 ਦਿਨ ਜੇ ਲੱਗਦੇ ਆ ਉੱਥੇ ਉਹਨੂੰ ਬਹੁਤ ਨੁਕਸਾਨ ਹੋ ਸਕਦਾ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਹੁਣ ਨਾ ਫੜੋ ਅਤੇ ਜਦੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਫਿਰ ਫੜੋ ਸੋ ਉੱਥੇ ਦਾ ਜਿਹੜਾ ਐਸ ਪੀ ਹੈ ਜਿਹਦੇ ਕੋਲ ਮਤਲਬ ਇਹ ਬੈਂਸ ਦੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਜਦੋਂ ਗੱਲ ਕੀਤੀ ਤਾਂ ਉਹਨੇ ਕਿਹਾ ਜੀ ਹਜੇ ਅਧੂਰੀ ਆ ਜਿਹੜੀ ਜਾਂਚ ਆ ਉਹ ਅਧੂਰੀ ਆ ਇੱਕ ਪਾਸੇ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਵੀ ਮੇਰੇ ਕਹਿਣ ਦੇ ਪਰਚਾ ਦਰਜ ਹੋਇਆ ਦੂਜੇ ਪਾਸੇ ਜਿਹੜਾ ਐਸ ਪੀ ਆ ਉਹ ਕਹਿ ਰਿਹਾ ਜੀ ਇਹਦੀ ਜਾਂਚ ਅਧੂਰੀ ਆ ਇਹ ਕੀ ਡਰਾਮੇ ਉਹ ਜਿਹੜੀ ਆਪਣਾ ਅੰਦਾਜ਼ਾ ਉਹ
ਉਸਦੀ ਤਸਦੀਕ ਹੁੰਦੀ ਹੈ ਵੀ ਇਹ ਸੀਐਮ ਦੀ ਇਹ ਮਰਜ਼ੀ ਆ ਵੀ ਹਲੇ ਨਹੀਂ ਫੜਨਾ, ਵੀ ਇਹ ਨਾ ਹੋਵੇ ਵੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਰੈਗੂਲਰ ਜਿਹੜੀ ਜ਼ਮਾਨਤ ਕਰਾਇਆ ਹੋਵੇ। ਠੀਕ ਹੈ, ਜਿਹੜੀ ਪੇਸ਼ਗੀ ਜ਼ਮਾਨਤ ਅਤੇ ਰੈਗੂਲਰ ਜ਼ਮਾਨਤ 'ਚ ਉਹ ਕਾਰਨਾਂ ਦਾ ਫਰਕ ਹੁੰਦਾ। ਠੀਕ ਹੈ, ਅਤੇ ਉਹ ਕਹਿੰਦੇ ਵੀ ਕੋਈ ਨਾ ਹਲੇ ਕਿਹੜਾ ਤੈਨੂੰ ਫੜਿਆ, ਜਦੋਂ ਫੜ ਲਿਆ ਰੈਗੂਲਰ ਫਿਰ ਦੇਖਾਂਗੇ। ਠੀਕ ਹੈ, ਸੋ ਇਹ ਵੀ ਆ ਵੀ ਕਿਤੇ ਬੈਂਸ ਦੀ ਗ੍ਰਿਫਤਾਰੀ ਹੁੰਦੀ ਆ ਉਹਦਾ ਭਾਅ ਵੀ ਵੱਧਦਾ ਵਾ ਉੱਥੇ ਵੀ ਦਾਖੇ 'ਚ, ਅਤੇ ਭਾਅ ਤਾਂ ਵੱਧ ਜੂਗਾ ਪਰ ਕਿਉਂਕਿ ਜਿਹੜੀ ਉੱਥੇ ਦਾਖੇ ਦੇ ਵਿੱਚ ਉਹਦੀ ਕੋਈ ਟੀਮ ਹੈ ਨਹੀਂ ਜਿਹੜੀ ਉਹਦੇ ਗੈਰ ਹਾਜ਼ਰੀ 'ਚ ਉਹਦਾ ਪ੍ਰਚਾਰ ਚਲਾ ਲਵੇ, ਅਤੇ ਉਹੀ ਇੱਕ ਜਿਹੜਾ ਟੀਮ ਵੀ ਉਹੀ ਉਹਦਾ ਮੁਖੀ ਵੀ ਉਹੀ ਧੁਰਾ ਵੀ ਉਹੀ ਹੈ, ਜੇ ਉਹ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਤਾਂ ਉਹ ਜਿਹੜੀ ਪ੍ਰਚਾਰ ਦਾ ਲੱਗ ਟੁੱਟ ਜਾਂਦਾ। ਠੀਕ ਹੈ, ਮਤਲਬ ਉਹਦਾ ਇੱਕ ਵੱਡਾ ਨੁਕਸਾਨ ਆ ਜਿਹੜਾ ਉਹ ਬੈਂਸ ਭਰਾਵਾਂ ਨੂੰ ਜਾਂ ਉਹਦੀ ਪਾਰਟੀ ਨੂੰ ਆ ਜਿਹੜਾ ਇਲਾਕੇ 'ਚ ਝੱਲਣਾ ਪਊਗਾ ਜੇ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ। ਸੋ ਸਰਕਾਰ ਨੇ ਮਤਲਬ ਆਪਣੀ ਗਿਣਤੀ ਮਿਣਤੀ ਕਰਕੇ ਇਹ ਜੇ ਮਤਲਬ ਉਹਦੀ ਗਿਣਤੀ ਮਿਣਤੀ ਇਹੀ ਕਹਿੰਦੀ ਆ ਵੀ ਅਜੇ ਇਹਦੀ ਗ੍ਰਿਫਤਾਰੀ ਆ ਔਰ ਲਟਕਾਉਣੀ ਚਾਹੀਦੀ। ਸੋ ਮਠਿਆੜੀ ਸਾਹਿਬ, ਦੂਜੀ ਆਪਾਂ ਹੁਣੇ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਦੇਸ਼ ਦਾ ਜਿਹੜਾ ਆਰਥਿਕ ਖੇਤਰ ਆ ਉਹਦੀ ਹਾਲਤ ਬਹੁਤ ਮੰਦੀ ਆ, ਮਹਿੰਗਾਈ ਬੇਰੁਜ਼ਗਾਰੀ ਆਪਾਂ ਸਾਰੀ ਗੱਲ ਕੀਤੀ ਆ, ਉਹ ਦਿਨੋ ਦਿਨ ਵੱਧ ਰਹੀ ਆ, ਜੀ ਐਸ ਟੀ ਦੇ ਨਾਲ ਜਿਹੜਾ ਉਹ ਵਪਾਰ ਦਾ ਭੱਠਾ ਬੈਠਿਆ, ਸੋ ਗਰੋਥ ਰੇਟ ਆ ਜਿਹੜੀ ਉੱਥੇ ਦਿਨੋ ਦਿਨ ਥੱਲੇ ਆ ਜਿਹੜੀ ਉਹ ਡਿੱਗਦੀ ਆ ਰਹੀ ਆ। ਇਹ ਸਾਰੇ ਕੁਛ ਨੂੰ ਦੇਖਦਿਆਂ ਹੋਇਆ ਮਤਲਬ ਜਿਹੜੀ ਮੋਦੀ ਸਰਕਾਰ ਆ, ਜਿਹੜੀ ਵਿੱਤ ਮੰਤਰੀ ਆ ਨਿਰਮਲ ਸੀਤਾਰਮਨ, ਉਹਨੇ ਕਾਰਪੋਰੇਟ ਜਗਤ ਆ ਜਿਹੜਾ ਉਹਨੂੰ ਛੋਟਾ ਦੇਣ ਦਾ ਐਲਾਨ ਕੀਤਾ, ਵੱਡੀਆਂ ਛੋਟਾਂ ਦੇਣ ਦਾ ਐਲਾਨ ਕੀਤਾ। ਸੋ ਇਹ ਤੁਸੀਂ ਸਮਝਦੇ ਹੋ ਕਿ ਇਹ ਆਰਥਿਕ ਮੰਦੀ ਨੂੰ ਦੇਖਦਿਆਂ ਕੀਤਾ ਗਿਆ ਕਿ ਜਾਂ ਜਿਹੜੀ ਮੋਦੀ ਦੀ ਇਹਨਾਂ ਕਦਾਰਿਆਂ ਦੇ ਨਾਲ ਇਹਨਾਂ ਘਰਾਣਿਆਂ ਦੇ ਨਾਲ ਜਾਰੀ ਆ ਉਹਨੂੰ ਉਹਨੂੰ ਭਗਾਉਣ ਦੇ ਲਈ ਉਹਨਾਂ ਨੂੰ ਲਾ ਦੇਣ ਲਈ ਕੀਤਾ? ਦੇਖੋ, ਜਿਹੜਾ ਆਰਥਿਕ ਦਾ ਡਾਵਾਂਡੋਲ ਹੋਈ ਆ, ਰੁਪਈਆ ਡਿੱਗਿਆ, ਉਹ ਇਸ ਕਰਕੇ ਨਹੀਂ ਡਿੱਗਿਆ ਵੀ ਟੈਕਸ ਜ਼ਿਆਦਾ ਸੀਗੇ, ਇਸ ਕਰਕੇ ਡਿੱਗਿਆ ਵੀ ਜਿਹੜਾ ਕਾਰੋਬਾਰ ਆ ਇੱਕ ਦੋ ਘਰਾਣਿਆਂ ਤੱਕ ਸੀਮਤ ਹੁੰਦਾ ਜਾ ਰਿਹਾ, ਬਾਕੀ ਘਰਾਣੇ ਡੁੱਬ ਰਹੇ ਨੇ। ਹੁਣ ਤੁਸੀਂ ਮੋਟੇ ਤੌਰ 'ਤੇ ਆਪਾਂ ਜਿਹੜੀ ਆਪਾਂ ਨੂੰ ਸਾਹਮਣੇ ਦਿੰਦੀ ਆ ਉਹਦਾ ਅੰਦਾਜ਼ਾ ਲਾ ਲਈਏ ਵੀ ਇਹ ਦੇਖੋ ਜਿਹੜੇ ਆਪਾਂ ਇੱਕ ਦੋ ਘਰਾਣੇ ਉਹਨਾਂ 'ਚ ਅੰਬਾਨੀ ਅਡਾਨੀ ਹੁਣ ਜਿਹੜਾ ਇਹਦਾ ਟੈਲੀਫੋਨ ਮੋਬਾਈਲ ਟੈਲੀਫੋਨ ਨੈਟਵਰਕ ਜੀਓ ਜਿਹਨੂੰ ਕਹਿੰਦੇ ਆ ਅੰਬਾਨੀਆਂ ਦਾ, ਉਹ ਦਿਨੋ ਦਿਨ ਚੜ੍ਹ ਰਿਹਾ ਅਤੇ ਜਿਹੜੀਆਂ ਛੋਟੀਆਂ ਹੋਰ ਕੰਪਨੀਆਂ ਨੇ ਉਹ ਠੱਪ ਹੋ ਰਹੀਆਂ ਨੇ। ਉਹਦਾ ਤੁਸੀਂ ਦੇਖੋ ਜਿਹੜੀਆਂ ਹੋਰ ਕੰਪਨੀਆਂ ਨੇ ਉਹਨਾਂ ਦਾ ਫੋਨ ਹੀ ਨਹੀਂ ਮਿਲਦਾ, ਜੇ ਮਿਲ ਜਾਂਦਾ ਆਵਾਜ਼ ਨਹੀਂ ਆਉਂਦੀ, ਰੇਂਜ ਨਹੀਂ ਆਉਂਦੀ, ਕੁਛ ਵੀ ਨਹੀਂ ਆਉਂਦਾ। ਅਗਲਾ ਕਹਿੰਦਾ ਜੱਬ ਨਵੇੜੋ ਯਾਰ ਰਿਲਾਇੰਸ ਦਾ ਲਓ, ਉਹਦਾ ਨੈਟਵਰਕ ਬੜਾ ਵਧੀਆ। ਜਿਹੜੇ ਹੁਣ ਰਿਲਾਇੰਸ ਨੂੰ ਤਾਂ ਹੋ ਗਿਆ ਫਾਇਦਾ ਪਰ ਜਿਹੜੇ ਦੂਜੇ ਨੇ ਉਹਨਾਂ ਦਾ ਭੱਠਾ ਬਹਿ ਜਾਣਾ। ਇਹ ਉਹ ਮੈਂ ਗੱਲ ਕੀਤੀ ਹੈ ਜਿਹੜੀ ਆਪਾਂ ਨੂੰ ਗੱਲ ਸਾਹਮਣੇ ਦਿੰਦੀ ਆ, ਇਵੇਂ ਜਿਵੇਂ ਜਿਹੜਾ ਭੱਠਾ ਬੈਠਣ ਦਾ ਕਾਰਨ ਇਹ ਹੈ ਵੀ ਜਿਹੜਾ ਛੋਟੇ ਕਾਰੋਬਾਰ ਨੇ ਉਹ ਵੱਡੇ ਘਰਾਣਿਆਂ ਕੋਲ ਸ਼ਿਫਟ ਹੁੰਦੇ ਜਾ ਰਹੇ, ਅਤੇ ਇਹ ਟੈਕਸ ਦੀ ਤਾਂ ਕੋਈ ਗੱਲ ਹੀ ਨਹੀਂ ਸੀ, ਕਦੇ ਕਿਸੇ ਨੇ ਨਹੀਂ ਕਿਹਾ ਵੀ ਟੈਕਸ ਕਰਕੇ ਆਰਥਿਕ ਮੰਦੀ ਆਈ ਹੈ। ਠੀਕ ਹੈ, ਫਿਰ ਹੁਣ ਇਹ ਜਿਹੜਾ ਟੈਕਸ ਬਣਾਇਆ ਗਿਆ ਇਹਦੇ ਪਿੱਛੇ ਕੀ ਕਾਰਨ? ਇਹਦੇ ਪਿੱਛੇ ਹੁਣ ਜੀ ਆਪਾਂ ਤਾਂ ਇੰਨੇ ਆਰਥਿਕ ਮਾਹਰ ਤਾਂ ਹੈ ਨਹੀਂ ਗੇ, ਹੁਣ ਘਟਾਇਆ ਗਿਆ ਤਾਂ ਜਿਹੜੇ ਸਰਕਾਰੀ ਖਜ਼ਾਨੇ ਨੂੰ ਹੋਰ ਨੁਕਸਾਨ ਹੋਣਾ, ਉਹ ਹੁਣ ਜਦੋਂ ਸਰਕਾਰੀ ਉਹ ਜਦੋਂ ਹੁਣ ਉਹ ਇੱਕ ਇਹਨਾਂ ਨੇ ਰੱਖਿਆ ਹੋਇਆ ਉਹ ਸਰਕਾਰੀ ਪ੍ਰੋਪਰਟੀ ਨੂੰ ਵੇਚਣ ਦਾ ਨਾ ਇੱਕ ਨਾਂ ਰੱਖਦਾ ਡਿਸਇਨਵੈਸਟਮੈਂਟ, ਵੀ ਜਿਹੜਾ ਇਨਵੈਸਟ ਹੋਇਆ ਹੋਇਆ ਆਪਣਾ ਇਹ ਪੈਸਾ ਜਾਂ ਪ੍ਰੋਪਰਟੀ ਉਹਨੂੰ ਵਾਪਸ ਲੈ ਲੈਣਾ, ਜਾਣੀ ਸਿੱਧੇ ਤੌਰ 'ਤੇ ਉਹਨੂੰ ਵੇਚ ਦੇਣਾ, ਤਾਂ ਉਹ ਡਿਸਇਨਵੈਸਟਮੈਂਟ ਵੱਲ ਨੂੰ ਜਾਊਗਾ ਦੇਸ਼।
ਚਲੋ ਮੈਂ ਕਹਿੰਦਾ ਬਾਕੀਆਂ ਨੂੰ ਵੀ ਛੋਟਾਂ ਮਿਲ ਜਾਣ, ਪਰ ਇਹ ਬਿਮਾਰੀ ਹੋਈ ਨਹੀਂ ਸੀ, ਇਹ ਕਾਰਨ ਹੀ ਨਹੀਂ ਸੀ। ਛੋਟਾਂ ਨਾਲ ਤਾਂ ਜਿਹੜਾ ਸਰਕਾਰ ਦਾ ਪੱਠਾ ਹੋਰ ਬਹਿਣਾ, ਜਦੋਂ ਪੱਠਾ ਪੈ ਗਿਆ ਇਹਨਾਂ ਨੇ ਕਹਿਣਾ ਜੀ ਅਦਾਰੇ ਵੇਚੋ, ਸਰਕਾਰ ਨੂੰ ਘਾਟਾ ਪੈ ਗਿਆ, ਹੁਣ ਇਹੀ ਹਾਲ ਹੈ। ਉਹ ਇੱਕ ਬਹਾਨਾ ਲੱਭਿਆ ਜਾ ਰਿਹਾ, ਅਤੇ ਦੂਜੇ ਪਾਸੇ ਖੁਸ਼ ਕਰਤਾ ਲੋਕਾਂ ਨੂੰ ਵੀ ਦੇਖੋ ਜੀ ਅਸੀਂ ਤਾਂ ਆਰਥਿਕਤਾ ਜਿਹੜੀ ਡਿੱਗ ਰਹੀ ਆ ਉਹ ਤੋਂ ਇੰਨੇ ਫਿਕਰਮੰਦ ਹੈ, ਸਰਕਾਰ ਨੇ ਤਾਂ ਇੰਨੇ ਪੈਸੇ ਲਾ ਦੇ। ਜਿਹੜੇ ਵੱਡੇ ਅਦਾਰੇ ਆ ਜੀ, ਚਾਹੇ ਰੇਲ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਚਾਹੇ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਬੀ ਐੱਸ ਐੱਨ ਐੱਲ ਦੀ ਗੱਲ ਕੀਤੀ ਜਾ ਰਹੀ ਹੈ, ਚਾਹੇ ਜਿਹੜੀ ਹਵਾਈ ਸਰਵਿਸ ਆ ਉਹਦੀ ਗੱਲ ਕੀਤੀ ਜਾ ਰਹੀ ਹੈ, ਜਿਹੜੇ ਵੀ ਮਤਲਬ ਸਰਕਾਰੀ ਅਦਾਰੇ ਨੇ ਜਿਹੜੇ ਵੱਡੇ ਪੱਧਰ 'ਤੇ ਕੰਮ ਕਰਦੇ ਆ, ਉਹਨਾਂ ਸਾਰਿਆਂ ਹੀ ਅਦਾਰਿਆਂ ਦੇ ਵਿੱਚ ਜਿਹੜੀ ਹਿੱਸੇਦਾਰੀ ਆ, ਜਿਹੜੀ ਪ੍ਰਾਈਵੇਟ ਖੇਤਰ ਦੀ ਹਿੱਸੇਦਾਰੀ ਆ, ਉਹਦੀ ਗੱਲ ਆ ਜਿਹੜੀ, ਉਹਦੀ ਚਰਚਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਕਿ ਪਹਿਲਾਂ ਰੇਲ ਦੀ ਗੱਲ ਵੀ ਚੱਲ ਰਹੀ ਆ, ਬੀ ਐੱਸ ਐੱਨ ਐੱਲ ਦੀ ਵੀ ਗੱਲ ਚੱਲ ਰਹੀ ਆ, ਹੋਰ ਜਿਹੜੇ ਮਤਲਬ ਆਪਣੀਆਂ ਹਵਾਈ ਕੰਪਨੀਆਂ ਉਹਨਾਂ ਦੀ ਵੀ ਗੱਲ ਚੱਲ ਰਹੀ ਆ। ਸੋ ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾਇਆ ਜਾ ਰਿਹਾ ਬਾਈ? ਇਹ ਤਾਂ ਤਕਰੀਬਨ ਤੁਸੀਂ ਦੇਖੋ ਜਿਹੜੀ ਰੇਲ ਮਹਿਕਮਾ ਸੀ ਜੀ, ਇਹ ਸਭ ਤੋਂ ਵੱਡਾ ਕਮਾਊ ਮਹਿਕਮਾ ਸੀ ਭਾਰਤ ਸਰਕਾਰ ਦਾ, ਅਤੇ ਇਹਦਾ ਜਿਹੜਾ ਮਾਲ ਦੀ ਢੋਆ ਢੁਆਈ ਸੀਗੀ ਜੀ, ਉਹਦੇ 'ਚੋਂ ਵੱਧ ਮੁਨਾਫਾ ਸੀ ਦੂਜੇ ਮੁਸਾਫਰਾਂ ਵਾਲੇ ਨਾਲ। ਹੁਣ ਤੁਸੀਂ ਦੇਖੋ ਜਿਹੜੀ ਬਿਨਾਂ ਕਿਸੇ ਐਲਾਨ ਤੋਂ ਪ੍ਰਾਈਵੇਟਾਈਜੇਸ਼ਨ ਇਹਦੀ ਹੋ ਰਹੀ ਆ, ਮਾਲ ਦੀ ਢੋਆ ਢੁਆਈ ਅਡਾਨੀ ਨੇ ਆਪ ਦੀਆਂ ਰੇਲ ਗੱਡੀਆਂ ਖਰੀਦ ਲਈਆਂ, ਉੱਥੋਂ ਤੁਸੀਂ ਦੇਖੋ ਜਿਹੜੇ ਮਾਲ ਡੱਬਿਆਂ 'ਤੇ ਅਡਾਨੀ ਲਿਖਿਆ ਹੁੰਦਾ, ਹੁਣ ਜਦੋਂ ਉਹਦੇ ਆਪਦੇ ਡੱਬੇ ਨੇ ਤਾਂ ਉਹਨੂੰ ਕਿਉਂ ਚਲਾਉਣ ਦਿੱਤੇ ਗਏ? ਹੋਰ ਵੀ ਦੇਖੋ ਮਤਲਬ ਜਦੋਂ ਉਹ ਮਾਲ ਗੱਡੀ ਨੇ ਉਹ ਅਡਾਨੀ ਵਾਲੀ ਨੇ ਲੰਘਣਾ ਹੁੰਦਾ ਵਾ, ਤਾਂ ਜਿਹੜੀਆਂ ਮਤਲਬ ਦੂਜੀਆਂ ਪੈਸੰਜਰ ਗੱਡੀਆਂ ਨੇ ਜਿਹੜੇ, ਚਾਹੇ ਉਹ ਐਕਸਪ੍ਰੈਸ ਗੱਡੀ ਆ ਚਾਹੇ ਸੁਪਰ ਫਾਸਟ ਆ, ਉਹਨੂੰ ਰੋਕ ਦਿੱਤਾ ਜਾਂਦਾ, ਮਤਲਬ ਪਹਿਲ ਉਹਨੂੰ ਦਿੱਤੀ ਜਾਂਦੀ ਹੈ। ਹੁਣ ਦੇਖੋ ਜਿਹੜਾ ਜੇ ਅਡਾਨੀ ਨੇ ਆਪਦਾ ਕੋਈ ਮਾਲ ਢੋਣਾ ਸੀ ਤਾਂ ਜੋ ਸਰਕਾਰੀ ਰੇਲ ਗੱਡੀ ਤਾਂ ਢੋਂਦਾ, ਤਾਂ ਜਿਹੜਾ ਉਹਦਾ ਭਾੜਾ ਸਰਕਾਰ ਨੂੰ ਆਉਂਦਾ, ਅਤੇ ਹੁਣ ਜਿਹੜੀਆਂ ਇੱਕ ਅਣ ਐਲਾਨੇ ਤੌਰ 'ਤੇ ਮਤਲਬ ਇਹ ਮੇਰੀ ਮੈਨੂੰ ਦੱਸੀ ਕਿਸੇ ਨੇ ਇਨਫੋਰਮੇਸ਼ਨ ਰੇਲ ਮਹਿਕਮੇ ਦੇ ਨੇ ਵੀ ਜਿਹੜੀਆਂ ਸਭ ਤੋਂ ਵੱਧ ਕਮਾਉਣ ਵਾਲੀਆਂ ਗੱਡੀਆਂ ਸੀਗੀਆਂ ਸ਼ਤਾਬਦੀ ਅਤੇ ਰਾਜਧਾਨੀ ਗੱਡੀਆਂ, ਇਹ ਠੇਕੇ 'ਤੇ ਦੇ ਦਿੱਤੀਆਂ। ਅੱਛਾ, ਜਿਵੇਂ ਅੱਗੇ ਚੁੰਗੀਆਂ ਠੇਕੇ ਦਿੱਤੀਆਂ ਨੇ, ਹੈ ਚਾਹੇ ਸਰਕਾਰੀ ਪਰ ਇਹਦੇ ਠੇਕੇ ਵੀ ਤੇਰੇ ਤੋਂ ਅਸੀਂ ਇੰਨੇ ਪੈਸੇ ਲੈਣੇ ਆ ਅਤੇ ਤੇਰੀਆਂ ਟਿਕਟਾਂ ਜਿੰਨੀਆਂ ਮਰਜ਼ੀ ਵਿਕਣੇ, ਇਹ ਵੀ ਚੁੱਪ ਚੁਪੀਤੇ ਕਰਦਾ। ਉਹ ਹੁਣ ਕੀ ਕਰਦੇ ਆ, ਇੱਕ ਹੋਰ ਉਹਨਾਂ ਨੇ ਨਾਂ ਰੱਖਿਆ ਉਹਦਾ ਭਾੜੇ ਦਾ ਜੀ, ਉਹ ਇਹ ਹੈ ਵੀ ਜੋ ਭਾੜਾ ਲਿਖਿਆ ਹੋਇਆ ਉਹ ਤੋਂ ਵੀ ਵੱਧ ਲਿਆ ਜਾ ਸਕਦਾ। ਅੱਛਾ, ਤੁਸੀਂ ਰੇਲ ਆਹ ਡਾਇਨਮਿਕ ਫੇਅਰ ਕਹਿੰਦੇ ਆ ਉਹਨੂੰ, ਫੇਅਰ ਉਹਨੂੰ ਕਹਿੰਦੇ ਆ ਭਾੜੇ ਨੂੰ, ਅਤੇ ਡਾਇਨਮਿਕ ਉਹਨਾਂ ਨੇ ਆਪਦਾ ਨਾਂ ਰੱਖ ਲਿਆ ਜੀ। ਜੋ ਭਾੜਾ ਲੁਧਿਆਣੇ ਤੋਂ ਦਿੱਲੀ ਦਾ ਮਿਥਿਆ ਗਿਆ ਸ਼ਤਾਬਦੀ ਰੇਲ ਦਾ, ਉਹ ਤੋਂ ਵੀ ਵੱਧ ਲੈ ਸਕਦੇ, ਮਿਨੀਮਮ ਘੱਟ ਨਹੀਂ ਲੈਣਾ, ਵੱਧ ਲੈ ਸਕਦੇ। ਇਹ ਕਦੇ ਸੁਣਿਆ ਸੀ ਵੀ ਅੱਜ ਭਾੜਾ ਹੋਰ ਆ ਤੇ ਕੱਲ੍ਹ ਨੂੰ ਹੋਰ? ਰੇਲ ਗੱਡੀ ਤੇ ਬੱਸਾਂ 'ਚ ਉਹ ਨਹੀਂ ਸੀ, ਹਵਾਈ ਜਹਾਜ਼ ਸ਼ਾਇਦ ਕਿਤੇ ਹੁੰਦਾ ਹੋਵੇ, ਰੇਲ ਗੱਡੀ। ਇਹ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਰੇਲ ਗੱਡੀਆਂ ਠੇਕੇ ਦਾ ਦੇਣ ਕਰਕੇ ਹੀ ਇਹ ਹੋ ਸਕਿਆ। ਉਹ ਮੁੰਡਿਆਣੀ ਦਾ ਵਕੀਲ, ਅਤੇ ਕਿਉਂਕਿ ਤੁਸੀਂ ਇਸ ਵਿਸ਼ੇ 'ਤੇ ਬਹੁਤ ਮਾਹਰ ਹੋ, ਤੁਹਾਡੀ ਇਸ ਵਿਸ਼ੇ 'ਤੇ ਪਕੜ ਵੀ ਬਹੁਤ ਆ, ਜਿਹੜੀਆਂ ਕੱਲ੍ਹ ਜਿਹੜੇ ਉੱਤਰੀ ਭਾਰਤ ਦੇ ਰਾਜ ਆ ਇਹਨਾਂ ਦੀ ਜਿਹੜੀ ਉਹ ਮੀਟਿੰਗ ਹੋਈ ਆ, ਉਸ ਮੀਟਿੰਗ 'ਚ ਪਾਣੀਆਂ ਦਾ ਮੁੱਦਾ ਵੀ ਉੱਠਿਆ, ਜਿਹਦੇ 'ਚ ਕੈਪਟਨ ਨੇ ਗੱਲ ਕੀਤੀ ਹੈ ਜੀ ਵੀ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ,
ਉਹ ਜਿਹੜਾ ਹਰਿਆਣੇ ਵਾਲਾ ਖੱਟਰ ਆ, ਉਹਨੇ ਕਿਹਾ ਜੀ ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਆ, ਇਹ ਹਰਿਆਣੇ ਦੀ ਸਾਰ ਹੈਗਾ। ਅਤੇ ਜਿਹੜਾ ਅਮਿਤ ਸ਼ਾਹ ਵਾ ਗ੍ਰਹਿ ਮੰਤਰੀ ਦੇਸ਼ ਦਾ, ਉਹਨੇ ਕਿਹਾ ਵੀ ਪੰਜਾਬ ਵੱਡੇ ਭਰਾ ਵਾਂਗੂ ਵਰਤਾਓ ਕਰੇ। ਇਹ ਸਾਰਾ ਕੁਛ ਜਿਹੜਾ ਮਤਲਬ ਉੱਤਰੀ ਭਾਰਤ ਦੇ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਜਿਹੜੀ ਮਤਲਬ ਚਰਚਾ ਹੋਈ ਆ, ਇਹਨੂੰ ਤੁਸੀਂ ਕਿਹੜੇ ਨਜ਼ਰੀਏ ਨਾਲ ਦੇਖਦੇ? ਉੱਥੇ ਤਾਂ ਅਮਰਿੰਦਰ ਸਿੰਘ ਵੱਲੋਂ ਆਪਣਾ ਜਿਹੜਾ ਕੇਸ ਆ ਉਹ ਪੁੱਟ ਕੀਤਾ ਜਾਣਾ ਚਾਹੀਦਾ ਸੀ। ਬਿਲਕੁਲ ਬਿਲਕੁਲ, ਵੀ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਭਾਰਤ ਸਰਕਾਰ ਨੂੰ ਨਹੀਂ ਸੂਤ ਬਹਿੰਦੇ, ਉਹ ਰੱਦ ਕਰਨ ਲਈ ਕਾਨੂੰਨ ਵੀ ਲੈ ਆਉਂਦੇ ਹੋ, ਮਤੇ ਪਾਸ ਕਰ ਲੈਂਦੇ ਹੋ, ਬਿਲਕੁਲ ਹੋਰ ਵੀ ਸਭ ਕੁਛ ਕਰ ਲੈਂਦੇ ਹੋ। ਅਤੇ ਆਹ ਜਿਹੜਾ ਸੁਪਰੀਮ ਕੋਰਟ ਕਹਿੰਦਾ ਵੀ ਪਾਣੀ ਤੁਹਾਡੇ ਕੋਲ ਹੈਗਾ ਨਹੀਂ ਹੈਗਾ ਫਿਰ ਗੱਲ ਕਰਾਂਗੇ, ਪਹਿਲਾਂ ਨਹਿਰ ਪੱਟੋ, ਵੀ ਤੂੰ ਉੱਥੇ ਇਹ ਮੁੱਦਾ ਉਠਾ ਵੀ ਜਦੋਂ ਪਹਿਲਾਂ ਪਾਣੀ ਦਾ ਤਾਂ ਫੈਸਲਾ ਕਰ ਲਓ, ਤੂੰ ਇਹ ਤਾਂ ਆਰਾਮ ਨਾਲ ਕਹਿਤਾ ਸਾਡੇ ਕੋਲ ਵਾਧੂ ਪਾਣੀ ਨਹੀਂ, ਤਾਂ ਉਹਨਾਂ ਨੂੰ ਇਹ ਕਹੋ ਵੀ ਜਿਹੜਾ ਸੁਪਰੀਮ ਕੋਰਟ ਇਸ ਗੱਲ 'ਤੇ ਵਜਿੱਦ ਆ ਅਤੇ ਇਹਦਾ ਫੈਸਲਾ ਕਰੋ ਪਹਿਲਾਂ। ਜਦੋਂ ਸਾਡੇ ਕੋਲ ਵਾਧੂ ਪਾਣੀ ਨਹੀਂ ਤੇ ਫਿਰ ਨਹਿਰ ਦੀ ਕੀ ਤੋਕਾ, ਨਾਲੇ ਸੁਪਰੀਮ ਕੋਰਟ ਕੱਲਾ ਨਹੀਂ ਵਜਿੱਦਾ ਹੈ, ਉੱਥੇ ਜਿਹੜਾ ਸੈਂਟਰਲ ਗਵਰਨਮੈਂਟ ਸਟੈਂਡ ਲੈਂਦੀ ਆ ਉਹ ਵੀ ਇਹੀ ਲੈਂਦੀ ਹੈ ਵੀ ਹਾਂ ਨਹਿਰ ਪੱਟੇ ਪੰਜਾਬ। ਉਹ ਜਿਹੜਾ ਢੋਕਵਾਂ ਫੋਰਮ ਸੀ ਉੱਥੇ ਹਰਿਆਣਾ ਵੀ ਬੈਠਾ ਸੀ, ਪੰਜਾਬ ਵੀ ਬੈਠਾ ਸੀ, ਸੈਂਟਰ ਵੀ ਬੈਠੀ ਸੀ, ਉੱਥੇ ਗੱਲ ਕਰਦਾ ਜੀ। ਤੋ ਹੁਣ ਤੁਹਾਨੂੰ ਕੀ ਲੱਗਦਾ, ਮਤਲਬ ਜਿਹੜੀ ਪੰਜਾਬ ਵੱਲੋਂ ਗੱਲ ਕੀਤੀ ਜਿਹੜੀ ਉਹਨੇ ਜਾਂ ਜਿਹੜੀ ਅਮਿਤ ਸ਼ਾਹ ਨੇ ਵੱਡੇ ਭਰਾ ਵਾਲੀ ਗੱਲ ਕਰਤੀ ਆ, ਇਹ ਇਹਦਾ ਕੀ? ਵੱਡੇ ਭਰਾ ਵਾਲੀ ਗੱਲ ਕਰਤੀ ਆ ਵੀ ਠੀਕ ਹੈ ਚੁੱਪ ਕਰਕੇ ਪਾਣੀ ਦਿਓ, ਠੀਕ ਹੈ ਵੱਡੇ ਭਰਾ ਦਾ ਮਤਲਬ ਹੁੰਦਾ ਵੀ ਤੂੰ ਜੇ ਬੱਚਾ ਸੂਲੀ ਚੜ੍ਹ ਜਾ। ਦੇਖੋ ਉਹਨੂੰ ਪੁੱਛਦਾ ਵੀ ਵੱਡਾ ਭਰਾ ਕਦੋਂ ਫਿਕਸ ਕਰਿਆ ਤੁਸੀਂ ਵੀ ਪੰਜਾਬ ਵੱਡਾ ਭਰਾ, ਤੇ ਵੱਡੇ ਭਰਾ ਦੇ ਵੀ ਕੋਈ ਉਹਦੇ ਵੀ ਕੋਈ ਰਾਈਟ ਹੁੰਦੇ ਆ, ਵੱਡੇ ਭਰਾ ਬਦਲੇ ਸਾਨੂੰ ਕੀ ਚੀਜ਼ ਦਿੱਤੀ ਹੈ ਜਿਹੜੀ ਵੱਡੇ ਨੂੰ ਮਿਲਣੀ ਚਾਹੀਦੀ ਹੈ, ਵੱਡੇ ਨੂੰ ਮਿਲਣੀ ਚਾਹੀਦੀ ਹੈ। ਤੇ ਤੁਸੀਂ ਦੱਸੋ ਕਿਹਨੇ ਫੈਸਲਾ ਕਰ ਲਿਆ ਵੱਡਾ ਭਾਈ ਹੈ ਤੇ ਕੱਡਾ ਛੋਟਾ, ਕਦੋਂ ਤੋਂ ਸਾਨੂੰ ਵੱਡਾ ਭਾਈ ਮਿਲਿਆ? ਕੀ ਤੇ ਵੱਡੇ ਛੋਟੇ ਭਾਈ ਹੈਗੇ ਸੂਬੇ, ਬਾਕੀ ਜਿੰਨੇ ਸੂਬੇ ਨੇ 28-29 ਉੱਥੇ ਵੀ ਇਹ ਫਾਰਮੂਲਾ ਹੈਗਾ ਵੱਡੇ ਛੋਟੇ ਵਾਲਾ। ਦੇਖੋ ਗੱਲ ਤਾਂ ਇਹ ਆ ਵੀ ਹੁਣ ਤਾਂ ਉਹ ਰਾਜਾ ਹੀ ਨਹੀਂ ਰਹਿ ਗਿਆ ਪਹਿਲਾਂ ਵਾਲਾ, ਹੁਣ ਤਾਂ ਇੱਕ ਨੌ ਦਾ ਉਹ ਕਾਂਗਰਸ ਦਾ ਸੀ ਐਮ ਆ, ਅਦਰਵਾਈਜ਼ ਤਾਂ ਮੋਦੀ ਦਾ ਹੀ ਸੀ, ਮੋਦੀ ਦਾ ਸੀ ਐਮ ਰਹਿ ਗਿਆ, ਮੋਦੀ ਦਾ ਸੀ ਐਮ ਰਹਿ ਗਿਆ, ਬਾਦਲਾਂ ਦਾ ਮਤਲਬ ਉਹ ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਬਾਦਲਾਂ ਦਾ ਸਭ ਤੋਂ ਜਿਹੜਾ ਸਹਿਯੋਗੀ ਹੁੰਦਾ ਨੇੜਲਾ ਹੁੰਦਾ ਵਾ ਉਹ ਹੈ, ਉੱਥੇ ਵੱਡਾ ਛੋਟਾ ਭਾਈ ਹੈਗਾ, ਹਾਂ ਉੱਥੇ ਵੱਡਾ ਛੋਟਾ ਭਾਈ ਹੈਗਾ ਵਾ। ਸੋ ਹੁਣ ਜਦੋਂ ਫਿਰ ਕੁੱਤੀ ਚੋਰਾਂ ਨਾਲ ਰਾਜੇ ਅਤੇ ਫਿਰ ਘਰ ਦਾ ਕੀ ਬਣ, ਬਿਲਕੁਲ ਪੰਜਾਬ ਵਾਸੀਆਂ ਲਈ ਇੱਕ ਬੜੀ ਚਿੰਤਾ ਦਾ ਵਿਸ਼ਾ ਵਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਸ ਵੇਲੇ ਸਾਨੂੰ ਕੋਈ ਵੀ ਧਿਰਾ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਕਿ ਜਿਹੜੀ ਮੈਦਾਨ 'ਚ ਆ ਸਕਦੀ ਆ, ਜੂਝ ਸਕਦੀ ਆ, ਸੰਘਰਸ਼ ਕਰ ਸਕਦੀ ਆ। ਸੋ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਘੇਰਾ ਵੀ ਪਿਆ ਹੋਇਆ, ਚਾਰੇ ਪਾਸਿਆਂ ਤੋਂ ਸੰਨ ਵੀ ਲੱਗ ਰਹੀ ਆ, ਪਰੰਤੂ ਪੰਜਾਬ ਦੀ ਰਾਖੀ ਵਾਲਾ, ਪੰਜਾਬ ਦੀ ਪਹਿਰੇਦਾਰੀ ਵਾਲੇ ਕੋਈ ਧਿਰਾ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੜਿਆਣੀ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦੀ ਚਰਚਾ ਵੀ ਕੀਤੀ ਆ, ਅਤੇ ਜਿਹੜੀ ਖਾਸ ਕਰਕੇ ਜਿਹੜੀ ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਾਰ ਪੈਣੀ ਆ ਆਹ ਚੋਣਾਂ ਲੰਘਣ ਤੋਂ ਬਾਅਦ, ਜਿਹੜੀ ਸਾਡੇ ਲਈ ਇੱਕ ਬਹੁਤ ਚਿੰਤਾਜਨਕ ਗੱਲ ਆ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਧੱਕੇ ਦੇ ਨਾਲ 370 ਧਾਰਾ ਖਤਮ ਕੀਤੀ ਗਈ ਆ, 35A ਖਤਮ ਕੀਤੀ ਗਈ ਆ। ਸੋ ਕਿਤੇ ਕੱਲ੍ਹ ਨੂੰ ਇਹ ਵਾਰੀ ਪੰਜਾਬ ਦੀ ਨਾ ਆ ਜਾਵੇ ਕਿ ਧੱਕੇ ਨਾਲ ਸਤਲੁਜ ਜਮਨਾ ਲਿੰਕ ਨਹਿਰ ਆ ਜਿਹੜੀ ਉਹਦੀ ਉਸਾਰੀ ਕੀਤੀ ਜਾਵੇ, ਇਸ ਲਈ ਸਮੁੱਚੇ ਪੰਜਾਬੀਆਂ ਨੂੰ ਜ਼ਰੂਰ ਜਾਗਣਾ ਪਊਗਾ। ਸੋ ਵਡਿਆਣੀ ਸਾਹਿਬ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ, ਆਪਣੇ ਬੜਬੁੱਲੇ ਵਿਚਾਰ ਨੇ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਕੁਝ ਨਵੀਆਂ ਖਬਰਾਂ 'ਤੇ ਵਿਚਾਰ ਕਰਨ ਲਈ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਆਓ ਉਦੋਂ ਤੱਕ ਲਈ ਆ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ